ਸਬਸਕ੍ਰਾਈਬ ਕਰੇ ਨੈਸ਼ਨਲ ਬੱਸ ਔਰ ਸਾਥੇ ਦਬਾਏ ਬੈਲ ਆਈਕਨ ਇਹ ਟਾਈਮਰ ਦਾ ਮਿਸਯੂਜ਼ ਹੋ ਰਿਹਾ ਆਪਣਾ ਜਿਹੜਾ ਸੜਕ ਦੇ ਉੱਪਰ ਵਾਹਨ ਚਲਾ ਰਹੇ ਨੇ ਜਿਸ ਬੰਦੇ ਦੀ ਜਿਹੜੀ ਲਾਈਟ ਹੈਗੀ ਹੈ ਗ੍ਰੀਨ ਤੋਂ ਰੈੱਡ ਆਣੀ ਹੈ 10 ਸੈਕਿੰਡ ਹੈ ਉਹ ਆਪਣਾ ਸਪੀਡ ਅਪ ਕਰ ਲੈਂਦਾ ਜਿਹੜਾ ਕਿ ਉਹਨੂੰ ਨਹੀਂ ਕਰਨਾ ਚਾਹੀਦਾ ਔਰ ਦੂਜੀ ਤਰ੍ਹਾਂ ਦੇਖਿਆ ਜਿੱਦੀ ਅਜੇ ਲਾਲ ਤੋਂ ਹਰੀ ਬੱਤੀ ਆਣੀ ਹੈ ਉਹ 3 ਸੈਕਿੰਡ ਪਹਿਲੇ ਚੱਲ ਪੈਂਦਾ ਚੰਡੀਗੜ੍ਹ ਪੁਲਿਸ ਵੱਲੋਂ ਹਰ ਸਾਲ ਨੈਸ਼ਨਲ ਰੋਡ ਸੇਫਟੀ ਮਨਥ ਮਨਾਇਆ ਜਾਂਦਾ ਹੈ ਤੇ ਇਸੇ ਦੇ ਚੱਲਦਿਆਂ ਇਸ ਸਾਲ 32ਵਾਂ ਨੈਸ਼ਨਲ ਰੋਡ ਸੇਫਟੀ ਮੰਥ ਮਨਾਇਆ ਗਿਆ ਜਿਸ ਦੇ ਤਹਿਤ ਟ੍ਰੈਫਿਕ ਪੁਲਿਸ ਵੱਲੋਂ ਸਕੂਲ ਬੱਸ ਡਰਾਈਵਰ ਟੈਕਸੀ ਡਰਾਈਵਰ ਅਤੇ ਆਟੋ ਰਿਕਸ਼ਾ ਡਰਾਈਵਰਾਂ ਦੀ ਇੱਕ ਵਰਕਸ਼ਾਪ ਲਗਾਈ ਗਈ ਅਤੇ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਬਾਰੀਕੀ ਨਾਲ ਸਮਝਾਇਆ ਗਿਆ 32ਵਾਂ ਰੋਡ ਸੇਫਟੀ ਮੰਥ 18 ਜਨਵਰੀ ਤੋਂ 17 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ ਇਸ ਵਰਕਸ਼ਾਪ ਬਾਰੇ ਚੰਡੀਗੜ੍ਹ ਟ੍ਰੈਫਿਕ ਡੀਐਸਪੀ ਜਸਵਿੰਦਰ ਸਿੰਘ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਨਾਲ ਡੀਐਸਪੀ ਨੇ ਜਸਵੰਦਰ ਜੀ ਉਹਨਾਂ ਨਾਲ ਗੱਲ ਕਰਦੇ ਆ ਇਹ ਰੋਡ ਸੇਫਟੀ ਮੰਥ ਚੱਲ ਰਿਹਾ ਹੈ ਔਰ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਰਾਈਵਰ ਨੇ ਜਿਸ ਤਰ੍ਹਾਂ ਆਟੋ ਰਿਕਸ਼ਾ ਡਰਾਈਵਰ ਜਾਂ ਕੈਪ ਡਰਾਈਵਰਸ ਹੈ ਅਲੱਗ-ਅਲੱਗ ਤਰ੍ਹਾਂ ਦੇ ਡਰਾਈਵਰਸ ਨੂੰ ਬੁਲਾ ਕੇ ਉਹਨਾਂ ਨੂੰ ਰੋਡ ਸੇਫਟੀ ਬਾਰੇ ਦੱਸ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆ ਵੀ ਆ ਕਿ ਇਹ ਜਿਹੜਾ ਮੁਹਿੰਮ ਹੈ ਕਿੰਨੀ ਦੇਰ ਇਹਨਾਂ ਨੇ ਚਲਾਣੀ ਹੈ ਔਰ ਕਿਸ ਤਰ੍ਹਾਂ ਦੇ ਡਰਾਈਵਰਸ ਤੇ ਜ਼ਿਆਦਾ ਫੋਕਸ ਕਰ ਰਹੇ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਜਿਹੜੀ ਆਪਣੀ ਹੈਗੀ ਆ 23ਵਾਂ ਰਾਸ਼ਟਰੀ ਜਿਹੜਾ ਰੋਡ ਸੇਫਟੀ ਮੰਥ ਬਣਾਇਆ ਜਾ ਰਿਹਾ ਹੈ ਇਹ ਜਿਹੜੀ ਡਰਾਈਵ ਹੈ ਸਾਡੀ 18 ਤਰੀਕ ਤੋਂ ਸਟਾਰਟ ਹੋਈ ਸੀ ਜਿਹਦੇ ਚ ਆਪਾਂ ਪਹਿਲੇ ਸਾਈਕਲੋਥਨ ਇਵੈਂਟ ਕੀਤਾ ਸੀਗਾ ਉਸ ਤੋਂ ਇਲਾਵਾ ਲੱਗ ਲੱਗ ਨੁਕੜ ਨਾਟਕ ਵੈਬਿਨਾਰ ਦੇ ਉੱਪਰ ਵੀ ਰੋਡ ਸੇਫਟੀ ਜਿਹੜਾ ਇਸ ਵਾਰੀ ਥੀਮ ਹੈਗਾ ਸੜਕ ਸੁਰੱਖਿਆ ਜੀਵਨ ਰੱਖਿਆ ਕਿਉਂਕਿ ਬਹੁਤ ਇੰਪੋਰਟੈਂਟ ਥੀਮ ਹੈ ਕਿਉਂਕਿ ਹਰੇਕ ਜਿਹੜਾ ਪਾਰਟਿਸਪੈਂਟ ਸੜਕ ਦੇ ਉੱਪਰ ਜਿਹੜਾ ਜਾ ਰਿਹਾ ਹੈ ਜਿਹੜਾ ਵਰਤ ਰਿਹਾ ਹੈ ਸੜਕ ਨੂੰ ਹਰੇਕ ਅਗਰ ਆਪਣਾ ਸੇਫਲੀ ਚੱਲੇਗਾ ਸਮਾਹਦਾਰਨਾ ਚੱਲੇਗਾ ਤਾਂ ਜਿਹੜ ਹੱਥਾ ਘਪਕਟਾ ਸਕਦੇ ਜਿਹਦੇ ਚ ਬੰਬੇ ਲਈ ਜਿਹੜੀ ਜ਼ਿੰਦਗੀ ਆ ਉਹ ਬਚਾਈ ਜਾ ਸਕਦੀ ਆ ਏਸੀ ਮੰਥ ਦੇ ਅਪਰੋਚ ਦੇ ਵਿੱਚ ਆਪਾਂ ਜਿਹੜੇ ਸਕੂਲ ਦੇ ਬੱਸ ਡਰਾਈਵਰ ਆਟੋ ਰਿਕਸ਼ਾ ਡਰਾਈਵਰ ਕੈਪ ਡਰਾਈਵਰ ਟੈਕਸੀ ਡਰਾਈਵਰ ਉਹਨਾਂ ਦੀ ਰੋਡ ਸੇਫਟੀ ਵਰਕਸ਼ਾਪ ਅੱਜ ਇੱਥੇ ਰੱਖੀ ਸਗੀ ਇਹਨਾਂ ਨੂੰ ਜਵੇਂ ਸਕੂਲ ਬੱਸ ਦਾ ਖਾਸ ਜ਼ੋਰ ਕੇ ਅੱਜ ਪਹਿਲੇ ਬੈਚ ਸਾਡੇ ਸਕੂਲ ਬੱਸ ਦੇ ਆਪਣੇ ਡਰਾਈਵਰ ਔਰ ਉਹਨਾਂ ਦੇ ਜਿਹੜੇ ਮੈਨੇਜਮੈਂਟ ਦੇ ਉਹ ਆਏ ਨੇ ਸਰਦਾਰ ਮਨਜੀਤ ਸਿੰਘ ਜੀ ਹੈਗੇ ਨੇ ਨਾਲ ਇਨਾਂ ਦੇ ਉੱਪਰ ਮੇਨ ਹੈਗਾ ਸਟ੍ਰੈਪਸ ਇੱਕ ਨੋਟੀਫਿਕੇਸ਼ਨ ਬਣੀ ਹੋਈ ਹੈ ਸੇਫ ਟਰਾਂਸਪੋਰਟ ਜਿਹੜਾ ਬੱਚਿਆਂ ਦੀ ਉਹਦੇ ਵਿੱਚ ਇਨਸਟਰਕਸ਼ਨਸ ਹੈਗੀਆਂ ਮੈਂ ਸਕੂਲ ਬੱਸ ਦੇ ਉੱਪਰ ਕੀ ਕੀ ਚੀਜ਼ਾਂ ਹੋਣੀ ਚਾਹੀਦੀਆਂ ਜਿਵੇਂ ਉਹਦੇ ਸਕੂਲ ਦਾ ਨਾਮ ਹੈ ਆਪਣਾ ਫਰਸਟ ਸਾਈਡ ਬਾਕਸ ਹੋਣਾ ਚਾਹੀਦਾ ਹੈ ਸਿਟਿੰਗ ਕੈਪੈਸਿਟੀ ਦੇ ਹਿਸਾਬ ਨਾਲ ਜੇ 12 ਸਾਲ ਤੱਕ ਦੇ ਉਮਰ ਤੱਕ ਦੇ ਬੱਚੇ ਆ ਉਹ ਡੇਢ ਗੁਣਾ ਬਿਠਾ ਸਕਦੇ ਆ 12 ਸਾਲ ਤੋਂ ਉੱਪਰ ਡੇਢ ਗੁਣਾ ਨਹੀਂ ਬਿਠਾ ਸਕਦੇ ਉਹ ਜਿੰਨੀ ਸਿਟਿੰਗ ਪੈਚੇ ਵਿੱਚ 40 ਤਾਂ 40 ਬਿਠਾਏ ਜਾਣਗੇ ਡ라이ਵਰ ਦਾ ਅਹਿਮ ਰੋਲ ਕੀ ਹੈ ਔਰ ਅਟੈਂਡੈਂਟ ਜਿਹੜਾ ਹੈਗਾ ਉਹਦਾ ਕੀ ਰੋਲ ਹੈਗਾ ਬੱਚੇ ਦੀ ਸੇਫਟੀ ਬਤਤੀ ਉਹਦੇ ਵਿੱਚ ਇਹ ਵੀ ਹਦਾਇਤ ਹੈਗੀ ਆ ਅਗਰ ਸਕੂਲ ਦਾ ਪੇਰੈਂਟ ਜਿਹੜਾ ਬੱਚੇ ਦਾ ਪੇਰੈਂਟ ਹੈ ਉਹ ਬੱਚੇ ਨੂੰ ਲੈਣ ਨਹੀਂ ਆਂਦਾ ਤੇ ਇਹ ਵਾਪਿਸ ਬੱਚੇ ਨੂੰ ਸਕੂਲ ਦੇ ਵਿੱਚ ਹੀ ਛੱਡਣਗੇ ਤਾਂ ਕਿ ਬੱਚੇ ਦੀ ਸੇਫਟੀ ਕਿਸੇ ਅੰਡ ਤੇ ਵੀ ਕੰਪਰੋਮਾਈਜ਼ ਨਾ ਹੋਵੇ ਇਸ ਦੇ ਨਾਲ ਨਾਲ ਇਹਨਾਂ ਨੂੰ ਆਪਾਂ ਜਿਹੜਾ 메ਨ ਸੜਕ ਦੇ ਉੱਪਰ ਕਿੱਦਾਂ ਇਹਨਾਂ ਨੇ ਚੱਲਣਾ ਹੈਗਾ ਜਿਵੇਂ ਮਿਰਰ ਲੱਗੇ ਹੁੰਦੇ ਨੇ ਸਾਈਡ ਮਿਰਰਸ ਉਹਦੇ ਕੀ ਇੰਪੋਰਟੈਂਸ ਹੈਗੀ ਆ ਮੋਬਾਈਲ ਫੋਨ ਨਹੀਂ ਸੁਣਨਾ ਰੈਲਡੈਂਟ ਨਹੀਂ ਜੰਪ ਕਰਨੀ ਬੱਚੇ ਨੂੰ ਕਿੱਦਾਂ ਉਤਾਰਨਾ ਐ ਟੈਂਡੈਂਟ ਦੇ ਉਹਦੀ ਕੀ ਡਿਊਟੀ ਐ ਕਿੱਦਾਂ ਉਹਨੇ ਸੇਫਲੀ ਆਪਣਾ نیچے ਉਤਰਨਾ ਹੈਗਾ ਪਹਿਲੇ ਲੈਫਟ ਰਾਈਟ ਦੇਖ ਕੇ ਫਿਰ ਆਪਣਾ ਬੱਚੇ ਨੂੰ ਥੱਲੇ ਉਤਾਰ ਕੇ ਤੇ ਉਹਨੂੰ ਪ੍ਰੋਪਰ ਉਹਦੇ ਪ੍ਰਿੰਟ ਦੇ ਹੈਂਡਓਵਰ ਕਰਨਾ ਐ ਇਹ ਮਾਧਿਅਮ ਦੇ ਵਿੱਚ ਆਪਾਂ ਵਰਕਸ਼ਾਪ ਸਟਾਰਟ ਕੀਤੀ ਹੋਈ ਐ ਤੇ ਇਹਦੇ ਅੱਗੇ ਵੀ ਸਾਡਾ ਕੰਟੀਨਿਊ ਪ੍ਰਯਾਸ ਐ ਵੀ ਇਹ ਨਹੀਂ ਵੀ ਸਾਡਾ ਸਿਰਫ ਇੱਕ ਮਹੀਨਾ ਹੀ ਇਹ ਹੈਗਾ 365 ਦਿਨ ਦਾ ਜਿਹੜਾ ਪ੍ਰਯਾਸ ਐ ਕੰਟੀਨਿਊ ਚੱਲ ਰਿਹਾ ਮੇਰੇ ਨਾਲ ਸਾਡੇ ਜੀ ਸਾਡੇ ਨਾਲ ਐਸੋਸੀਏਟ ਹੋਏ ਨੇ ਐਸਡੀਐਫਸੀ ਬੈਂਕ ਮਿਸਟਰ ਵਿਕਾਸ ਹੈਗੇ ਨੇ ਇਹ ਵੀ ਸਾਡੀ ਸਪੋਰਟ ਲੌਜਿਸਟਿਕਲੀ ਬੀਲਿਵ ਕਰ ਰਹੇ ਆ ਇਨਸਪੈਕਟਰ ਜਸਪਾਲ ਜੀ ਹੈਗੇ ਨੇ ਮੇਰੇ ਨਾਲ ਬੜਾ ਅੱਛੇ ਉਹ ਮੇਰੀ ਬਹੁਤ ਅੱਛੀ ਡੈਡੀਕੇਟਿਡ ਟੀਮ ਹੈਗੀ ਆ ਐਸ ਰਜਿੰਦਰ ਸੀਨੀਅਰ ਕਨਸਟੇਬਲ ਆਪਣਾ ਰਜੀਵ ਔਰ ਵਲੰਟੀਅਰ ਸੰਭਰ ਕੱਲਾ ਜਿਹੜਾ ਇਹ ਮਹੀਨੇ ਦੀ ਤੋਂ ਇਲਾਵਾ ਵੀ ਇਹ ਆਪਣਾ ਮਾਰਨਿੰਗ ਸੈਸ਼ਨ ਸ਼ਾਮ ਨੂੰ ਇਹ ਆਪਣਾ ਮਾਰਕੀਟ ਏਰੀਆ ਮੱਲਿਆਂ ਦੇ ਵਿੱਚ ਵੀ ਜਾ ਕੇ ਲੋਕਾਂ ਨੂੰ ਜਾਗਰੂਤ ਕਰ ਰਹੇ ਨੇ ਤਾਂ ਕਿ ਹਿੰਦੁਸਤਾਨ ਦੇ ਵਿੱਚ ਆਪਾਂ ਖਾਸ ਕਰਕੇ ਚਲੋ ਚੰਡੀਗੜ੍ਹ ਆਪਣਾ ਸ਼ਹਿਰ ਵਾ ਫਿਰ ਵੀ ਹਿੰਦੁਸਤਾਨ ਦੇ ਵਿੱਚ ਸੜਕ ਦੁਰਘਟਨਾਵਾਂ ਦੇ ਵਿੱਚ ਜਾਨਾਂ ਬਚਾਈਆਂ ਜਾ ਸਕਦਾ। ਅ ਪਹਿਲੇ ਜਦੋਂ ਸੀਗੇ ਲਾਈਟ ਪੁਆਇੰਟ ਦੇ ਉੱਪਰ ਟਾਈਮਰ ਨਹੀਂ ਸੀਗਾ ਕੋਈ ਸਾਲ ਪਹਿਲੇ 10-12 ਸਾਲ ਪਹਿਲੇ ਟਾਈਮਰ ਨਹੀਂ ਸੀਗਾ ਤੇ ਪਬਲਿਕ ਦੀ ਇਹ ਡਿਮਾਂਡ ਸੀਗੀ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਲਾਲ ਤੋਂ ਹਰੀ ਬੱਤੀ ਕਦੋਂ ਆਣੀ ਹੈ ਤੇ ਹਰੀ ਬੱਤੀ ਤੋਂ ਲਾਲ ਕਦੋਂ ਹੋਣੀ ਹੈ ਤੇ ਸਾਨੂੰ ਪਤਾ ਨਹੀਂ ਲੱਗਦਾ ਸੀਗਾ। ਉਹਨਾਂ ਦੇ ਸੁਜੈਸ਼ਨ ਦੇ ਉੱਪਰ ਪ੍ਰਸ਼ਾਸਨ ਵੱਲੋਂ ਫੇਰ ਆ ਟਾਈਮਰ ਵੀ ਲਗਾਇਆ ਗਿਆ। ਬਟ ਉਹਦੇ ਟਾਈਮਰ 'ਚ ਆਪਾਂ ਇਹ ਦੇਖਿਆ ਹੈ ਵੀ ਇਹ ਟਾਈਮਰ ਦਾ ਮਿਸਯੂਜ਼ ਹੋ ਰਿਹਾ ਹੈ। ਆਪਣਾ ਜਿਹੜਾ ਸੜਕ ਦੇ ਉੱਪਰ ਵਾਹਨ ਚਲਾ ਰਹੇ ਨੇ ਜਿਸ ਬੰਦੇ ਦੀ ਜਿਹੜੀ ਲਾਈਟ ਹੈਗੀ ਹੈ ਗ੍ਰੀਨ ਤੋਂ ਰੈੱਡ ਆਣੀ ਹੈ 10 ਸੈਕਿੰਡ ਹੈ ਉਹ ਆਪਣਾ ਸਪੀਡ ਅਪ ਕਰ ਲੈਂਦਾ ਜਿਹੜਾ ਕਿ ਉਹਨੂੰ ਨਹੀਂ ਕਰਨਾ ਚਾਹੀਦਾ ਇਸ ਬਾਰੇ ਵੀ ਇਹਨਾਂ ਨੂੰ ਦੱਸਿਆ ਜਿਹੜੇ ਆਪਾਂ ਸਕੂਲ ਬੱਸ ਡਰਾਈਵਰ ਆਏ ਸੀਗੇ ਔਰ ਦੂਜੀ ਤਰ੍ਹਾਂ ਦੇਖਿਆ ਜਿੱਦੀ ਹਜੇ ਲਾਲ ਤੋਂ ਹਰੀ ਪੱਤੀ ਆਣੀ ਹੈ ਉਹ 3 ਸੈਕਿੰਡ ਪਹਿਲੇ ਚੱਲ ਪੈਂਦਾ ਜਾਕੀ ਉਹ ਨਹੀਂ ਚੱਲਣਾ ਚਾਹੀਦਾ ਦੁਰਘਟਨਾ ਹੁੰਦੀ ਹੈ ਉਹਦੇ ਸਾਡੇ ਕੋਲ ਵੀਡੀਓ ਵੀ ਹੈਗੇ ਨੇ ਉਹਦੇ ਮਾਧਿਅਮ ਵੀ ਆਪਾਂ ਦੱਸਿਆ ਵੀ ਇਹ ਨਹੀਂ ਕਰਨਾ ਇਹਦੇ ਚ ਕੀ ਕੋਈ ਨਾ ਕੋਈ ਹਾਸਾ ਹੀ ਹੋਏਗਾ ਤੇ ਜਿੱਥੇ ਕੋਈ ਬਹੁਤ ਬੰਲੇ ਜਾਨ ਚਲੀ ਜਾਏਗੀ ਉਥੇ ਇਸ ਵਰਕਸ਼ਾਪ ਬਾਰੇ ਚੰਡੀਗੜ੍ਹ ਸਕੂਲ ਬੱਸ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਟਰਾਈ ਸਿਟੀ ਦੇ ਪ੍ਰੈਜ਼ੀਡੈਂਟ ਮਨਜੀਤ ਸਿੰਘ ਦਾ ਕੀ ਕਹਿਣਾ ਤੁਸੀਂ ਉਹ ਵੀ ਸੁਣੋ ਮੈਂ ਮਨਜੀਤ ਸਿੰਘ ਪ੍ਰੈਜ਼ੀਡੈਂਟ ਚੰਡੀਗੜ੍ਹ ਸਕੂਲ ਬੱਸ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਟਰਾਈ ਸਿਟੀ ਤੋਂ ਇੱਥੇ ਅੱਜ ਸਰ ਟ੍ਰੈਫਿਕ ਸਫਟ ਟ੍ਰੈਫਿਕ ਜਿਹੜਾ ਮੰਥਲੀ ਜੋ ਟ੍ਰੈਫਿਕ ਵੀਕ ਇਹਨਾਂ ਨੇ ਸ਼ੁਰੂ ਕੀਤਾ ਉਹਦੇ ਵਿੱਚ ਸਾਨੂੰ ਟ੍ਰੈਫਿਕ ਵਾਲਿਆਂ ਨੇ ਬੁਲਾਇਆ ਸੀ ਤੇ ਉਸ ਹਿਸਾਬ ਨਾਲ ਅਸੀਂ ਸਾਰੇ ਐਸੋਸੀਏਸ਼ਨ ਦੇ ਮੈਂਬਰ ਇੱਥੇ ਹਾਜ਼ਰ ਹੋਏ ਆਂ ਜੋ ਕਿ ਅੱਜਕੱਲ ਟ੍ਰੈਫਿਕ ਬਹੁਤ ਹੋ ਗਈ ਹੈ ਉਹਦੇ ਕਰਕੇ ਸਾਨੂੰ ਇਹਨਾਂ ਨੇ ਸਾਰੇ ਟ੍ਰੈਫਿਕ ਡਿਪਾਰਟਮੈਂਟ ਵੱਲੋਂ ਸਾਨੂੰ ਅੱਜ ਇਹਨਾਂ ਨੇ ਬਹੁਤ ਸਕੂਲ ਦੇ ਬੱਚੇ ਲੈ ਕੇ ਆਉਣ ਦੀ ਉਹਨਾਂ ਨੇ ਡਰਾਈਵਰ ਕਨਡਕਟਰਾਂ ਬਾਰੇ ਹਦਾਇਤਾਂ ਦੱਸੀਆਂ ਵੀ ਇਦਾਂ ਬੱਚੀ ਚੱਕਣੀ ਇਦਾਂ ਉਹ ਕਰਨੀ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਤੇ ਇੱਕ ਦੂਜੀ ਅਸੀਂ ਇੱਕ ਹੋਰ ਬੇਨਤੀ ਕਰਦੇ ਆ ਵੀ ਹਰ ਸਾਰਾ ਸਾਲ ਅਸੀਂ ਆਪਣੇ ਆਪਣੇ ਸਕੂਲਾਂ ਚ ਬੱਚਿਆਂ ਨੂੰ ਇਹਨਾਂ ਡਰਾਈਵਰਾਂ ਨੂੰ ਜਾਂ ਸਵੇਰੇ ਬੱਚੇ ਛੱਡਦੇ ਨੇ ਛੱਡ ਦਿੰਦੇ ਆ ਉਹ ਤੋਂ ਬਾਅਦ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਹਰ ਸਕੂਲ ਚ ਇਹ ਉਸੇ ਤਰ੍ਹਾਂ ਮਤਲਬ ਅਲੱਗ-ਅਲੱਗ ਸਕੂਲਾਂ ਚ ਉਸੇ ਤਰ੍ਹਾਂ ਟ੍ਰੇਨਿੰਗ ਦਿੰਦੇ ਰਹਿਣ ਤੇ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਆ ਇਸ ਵਰਕਸ਼ਾਪ 'ਚ ਹਿੱਸਾ ਲੈਣ ਵਾਲੇ ਸਕੂਲ ਬੱਸ ਡਰਾਈਵਰ, ਕੈਬ ਡਰਾਈਵਰ ਅਤੇ ਆਟੋ ਰਿਕਸ਼ਾ ਚਾਲਕਾਂ ਨੇ ਟ੍ਰੈਫਿਕ ਪੁਲਿਸ ਦਾ ਖਾਸ ਤਨਵਾਦ ਕੀਤਾ। ਅਸੀਂ ਜਿੱਥੇ ਰੋਡ ਸੇਫਟੀ ਮਨਥ ਦੇ ਰਿਗਾਰਡਿੰਗ ਇੱਥੇ ਇਕੱਠੇ ਹੋਏ ਹਾਂ ਜੋ ਕਿ ਸਾਡੇ ਸਕੂਲ ਬੱਸਾਂ ਦੇ ਸਬੰਧ ਵਿੱਚ ਡਰਾਈਵਰਾਂ ਦੇ ਅਟੈਂਡੈਂਟ ਨੂੰ ਜੋ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਨੂੰ ਅਸੀਂ ਪਾਲਣਾ ਕਰਾਂਗੇ ਤੇ ਜੋ ਵੀ ਅਸੀਂ ਕੁਐਸਚਨ ਇਹਨਾਂ ਨੂੰ ਸਰ ਨੂੰ ਜਨਾਨ ਨੂੰ ਪੁੱਟ ਕੀਤੇ ਇੱਥੇ ਟ੍ਰੈਫਿਕ ਪੁਲਿਸ ਨੂੰ ਸਾਨੂੰ ਉਹਦਾ ਸਹੀ ਤਰੀਕੇ ਨਾਲ ਜਵਾਬ ਮਿਲਿਆ ਜੀ। ਮੈਂ ਹੌ ਲਾਵੇਂ ਗੱਡੀ ਚਲਾਤਾ ਹਾਂ ਜੀ। आज हम लोग बत्तीसवा नेशनल सेफ्टी जो सड़क सेफ्टी ये मंथ था इसमें हमें बुलाया गया था और हमें रोड के बारे में सारा कुछ बताया गया कुछ चीज़ें हमें नहीं मालूम थी वो आज हम सबको इस चीज़ के बारे में पता चला है और एक हमें बहुत ही स्पेशली चीज़ बता ले, जो चाइल्ड लॉक है जो गाड़ियों में है वो नहीं होना चाहिए उसके बारे में भी हमें पता चला है और बहुत अच्छा लगा यहाँ पे जो भी मैनेजमेंट है बहुत अच्छा है और हमें बहुत ही सही तरीके से गाइड किया गया है और समझाया गया जो हमें हमारे क्वेश्चन थे उनका भी आंसर दिया गया है यहाँ पर हमें ग्रुप के द्वारा बुलाया गया था चंडीगढ़ पुलिस की तरफ से और बहुत अच्छा लगा ट्रैफिक नियमों को सुनकर और उनकी हम यही पालना करेंगे और नई नई चीज़ें बताएगी जैसे ਟੈਕਸੀ ਗਾੜੀ ਕੇ ਲਿਏ ਚਾਈਲਡ ਲੋਕ ਅਨਿਵਾਰੇ ਨਹੀਂ ਹੈ ਉਹ ਅਬ ਹਮ ਨਹੀਂ ਲਗਾਉਂਗੇ ਉਹ ਗਾੜੀ ਮੇ ਆਏਗਾ ਵੀ ਨਹੀਂ ਟੂਰ ਗਾੜੀ ਆ ਜੁਣ ਸੀ ਥੈਂਕ ਯੂ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਕੀਤਾ ਗਿਆ ਇਹ ਉਪਰਾਲਾ ਆਪਣੇ ਆਪ ਵਿੱਚ ਹੀ ਬੜਾ ਸ਼ਲਾਗਯੋਗ ਹੈ ਇਸ ਵਿੱਚ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਉਲੰਘਣਾ ਦੇ ਨਤੀਜਿਆਂ ਤੋਂ ਚੰਗੀ ਤਰ੍ਹਾਂ ਡਰਾਈਵਰਾਂ ਨੂੰ ਜਾਣੂ ਕਰਵਾਇਆ ਗਿਆ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਦੇਖਣ ਨੂੰ ਮਿਲਦੇ ਰਹਿਣਗੇ नेशनल बस पर लेटेस्ट न्यूज़ और एंटरटेनमेंट वीडियोस देखने के लिए सब्सक्राइब करें लाइक like करें कमेंट करें और शेयर करें थैंक्स फॉर वॉचिंग